ਸਤਿਕਾਲ ਸਾਡਾ ਟੀਵੀ ਯੂਐਸਏ ਵੇਖ ਰਹੇ ਹੋ। ਇਸ ਵਕਤ ਦੀ ਵੱਡੀ ਖਬਰ ਦੇ ਲਈ ਲੈ ਕੇ ਆਏ ਹਾਂ। ਪਿੰਡ ਅਮਰਪੁਰਾ ਜ਼ਿਲ੍ਹਾ ਫਾਜ਼ਿਲਕਾ ਦੇ ਵਿੱਚ ਕੱਲ੍ਹ ਖੂਨੀ ਝੜਪ ਹੋਈ ਹੈ ਪਾਣੀ ਦੀ ਬਾਰੀ ਨੂੰ ਲੈ ਕੇ ਅਤੇ ਜ਼ਮੀਨ ਦੇ ਵਿਵਾਦ ਨੂੰ ਲੈ ਕੇ ਝੜਪ ਦੱਸੀ ਜਾ ਰਹੀ ਹੈ। ਦੱਸਿਆ ਜਾ ਰਿਹਾ ਕਿ ਕਾਫੀ ਪੁਰਾਣੀ ਰੰਜਿਸ਼ ਚੱਲੀ ਆ ਰਹੀ ਸੀ ਦੋ ਪਰਿਵਾਰਾਂ ਦੇ ਵਿਚਾਲੇ। ਮਾਮਲੇ ਦੇ ਇੱਕ ਛੋਟਾ ਜਿਹਾ ਆਊਟਪੁੱਟ ਤੁਹਾਨੂੰ ਦੇ ਦਿੰਦੇ ਹਾਂ ਕਿ ਮਾਮਲਾ ਕੀ ਹੈ। ਮਾਮਲਾ ਦੱਸਿਆ ਜਾ ਰਿਹਾ ਹੈ ਜਿਹੜੇ ਪਰਿਵਾਰ ਦਾ ਕਤਲ ਹੋਇਆ ਉਸ ਪਰਿਵਾਰ ਵੱਲੋਂ ਕਿਹਾ ਜਾ ਰਿਹਾ ਕਿ ਇਹ ਜ਼ਮੀਨ ਰਾਜਕੁਮਾਰ ਨੇ ਲਈ ਸੀਗੀ, ਉਹਦੀ ਰਜਿਸਟਰੀ ਹੋ ਚੁੱਕੀ ਹੈ, ਉਹਦਾ ਇੰਤਕਾਲ ਵੀ ਹੋ ਚੁੱਕਿਆ, ਪਰ ਜਿਸ ਪਰਿਵਾਰ ਤੋਂ ਜ਼ਮੀਨ ਲਈ ਗਈ ਸੀ ਉਹ ਹਜੇ ਵੀ ਉਹਦਾ ਆਪਣਾ ਮਾਲਿਕਾਨਾ ਹੱਕ ਦੱਸਦਾ ਇਸ ਜ਼ਮੀਨ ਦੇ ਉੱਤੇ, ਅਤੇ ਉਸ ਬਾਬਤ ਕਾਫੀ ਵਾਰ ਇੱਕ ਦੂਜੇ ਨਾਲ ਝੜਪ ਹੋ ਚੁੱਕੀ ਹੈ। ਅਤੇ ਕੱਲ੍ਹ ਖੂਨੀ ਝੜਪ ਹੋਈ ਜਿਹਦੇ ਵਿੱਚ ਰਾਜਕੁਮਾਰ ਦੇ ਸੱਟਾਂ ਲੱਗੀਆਂ, ਰਾਜਕੁਮਾਰ ਦੇ ਬੇਟੇ ਦੇ ਸੱਟਾਂ ਲੱਗੀਆਂ। ਰਾਜਕੁਮਾਰ ਦਾ ਬੇਟਾ ਇਸ ਵਕਤ ਸੀਰੀਅਸ ਕੰਡੀਸ਼ਨ ਦੇ ਵਿੱਚ ਹੈ ਜੋ ਕਿ ਹੋਸਪਿਟਲਾਈਜ਼ ਕੀਤਾ ਹੋਇਆ ਹੈ, ਅਤੇ ਰਾਜਕੁਮਾਰ ਦੀ ਕੱਲ੍ਹ ਲੱਗੀਆਂ ਸੱਟਾਂ ਕਾਰਨ ਅੱਜ ਮੌਤ ਹੋ ਚੁੱਕੀ ਹੈ। ਇਸ ਬਾਬਤ ਹਾਲੇ ਤੱਕ ਪੁਲਿਸ ਪ੍ਰਸ਼ਾਸਨ ਵੱਲੋਂ ਕੋਈ ਵੱਡਾ ਕਦਮ ਨਹੀਂ ਚੱਕਿਆ ਗਿਆ ਹੈ। ਪਰਿਵਾਰ ਦੇ ਵਿੱਚ ਨਾਰਾਜ਼ਗੀ ਹੈ, ਪਰਿਵਾਰ ਦੇ ਮੈਂਬਰ ਉਹਨਾਂ ਦੇ ਭਤੀਜੇ ਨਾਲ ਮੁਲਾਕਾਤ ਕੀਤੀ ਅਤੇ ਉਹਦਾ ਕੀ ਬਿਆਨ ਹੈ ਤੁਸੀਂ ਇਹ ਵੀ ਸੁਣ ਲਓ। ਅਤੇ ਮੌਕੇ 'ਤੇ ਮੌਜੂਦ ਜਿਹੜਾ ਉਹਨਾਂ ਦਾ ਸੀਰੀ ਸੀ, ਜਿਹੜਾ ਉਹਨਾਂ ਦਾ ਕਾਮਾ ਸੀ, ਜਿਹੜਾ ਉਹਨਾਂ ਦੇ ਖੇਤ ਵਿੱਚ ਕੰਮ ਕਰਦਾ ਸੀ, ਮੌਕੇ 'ਤੇ ਮੌਜੂਦ ਸੀ, ਪਰ ਲੜਾਈ ਵੇਲੇ ਉਹ ਪਾਸੇ ਹੋ ਗਿਆ ਜਿਸ ਕਾਰਨ ਉਹ ਸੱਟਾਂ ਤੋਂ ਬਚ ਗਿਆ। ਉਹ ਵੀ ਤੁਹਾਡੇ ਸਾਹਮਣੇ ਪੇਸ਼ ਹੈ। ਕੀ ਕਹਿਣਾ ਉਹਨਾਂ ਦਾ ਤੁਹਾਨੂੰ ਦਿਖਾਉਣੀ ਹੈ ਇਹ ਵੀਡੀਓ। ਹਾਂਜੀ, ਕੀ ਲੱਗਦੇ ਸੀ ਬਾਈ ਜੀ ਰਾਮ ਕੁਮਾਰ ਜੀ? ਤੁਹਾਡੇ ਰਾਮ ਕੁਮਾਰ ਜੀ ਮੇਰਾ ਚਾਚਾ, ਸਾਗੇ ਚਾਚਾ ਜੀ। ਅੱਛਾ, ਕੀ ਮਾਮਲਾ ਕੀ ਹੋਇਆ ਇਹ? ਮਾਮਲਾ ਜੀ ਮੈਂ ਮੌਕੇ 'ਤੇ ਨਹੀਂ ਸੀ ਜੀ, ਅਤੇ ਮੈਂ ਗੱਲ ਸੁਣੀ ਸੁਣਾਈ ਕਹਿੰਦਾ ਵੀ ਇਹਨਾਂ ਨੇ ਪਹਿਲਾਂ ਜੀ ਇੱਕ ਕਿੱਲਾ ਪੇਲੀ ਮੁੱਲ ਲਿੱਤੀ ਹੈ ਜੀ। ਉਹਦੇ ਡੈਡੀ ਦੇ ਪੈਸੇ ਲਿੱਤੇ ਸੀ ਜੀ ਮੇਰੇ ਚਾਚੇ ਕੋਲੋਂ, ਅਤੇ ਉਹਦਾ ਜੀ ਵਿਆਜ ਵੀ ਬਣ ਕੇ ਅਤੇ ਪੈਸੇ ਬਣ ਗਏ ਉਹਨਾਂ ਕੋਲ ਵਾਧੂ। ਉਹਨਾਂ ਨੇ ਜੀ ਮੇਰੇ ਚਾਚੇ ਨੇ ਫਿਰ ਕਿਹਾ ਵੀ ਕਾ ਤਾਂ ਪੈਸੇ ਦੇਣੇ, ਤਾਂ ਮੈਂ ਜ਼ਮੀਨ ਮੁੱਲ ਦੇਣੀ ਕਰ ਲਈ ਜੀ ਇੱਕ ਕਿੱਲਾ। ਉਹ ਇੱਕ ਕਿੱਲਾ ਜ਼ਮੀਨ ਦੇ ਦਿੱਤੀ, ਉਹਨਾਂ ਦੇ ਨਾਮ ਹੋ ਗਏ, ਰਜਿਸਟਰੀ ਹੋ ਗਈ। ਮੈਂ ਸੁਣਨੇ 'ਚ ਇਹੀ ਗੱਲ ਆਈ ਹੈ ਵੀ ਚਾਚੇ ਨੇ ਸਾਰੇ ਪੈਸੇ ਦੇ ਦਿੱਤੇ, ਵੀ ਜੇ 15 ਲੱਖ ਦਾ ਕਿੱਲਾ ਲਿੱਤਾ ਚਾਹੇ 10 ਲੱਖ ਦਾ ਲਿੱਤਾ, ਵੀ ਮੇਰੇ ਚਾਚੇ ਨੇ ਜੀ ਸਾਰੇ ਪੈਸੇ ਦੇ ਦਿੱਤੇ। ਅਤੇ ਕੱਲ੍ਹ ਜੀ ਮੈਂ ਤਾਂ ਘਰੇ ਸੋ ਰਿਹਾ ਸੀ ਜੀ ਦੁਪਹਿਰ, ਅਤੇ 12 ਵਜੇ ਮੇਰੇ ਕੋਲ ਜੀ ਇੱਕ ਬੰਦਾ ਆਇਆ ਖੇਤ ਦੇ ਵਿੱਚੋਂ, ਜੀਤ ਰਾਮ ਸਾਈ। ਉਹਨੇ ਮੈਨੂੰ ਦੱਸਿਆ ਜੀ ਖੇਤ ਦੇ ਵਿੱਚ ਲੜਾਈ ਹੋ ਗਈ, ਜਿਹੜੇ ਕਿੱਲਾ ਪੇਲੀ ਲਿੱਤੀ ਜੀ ਪੈਂਸੀਆਂ ਦੇ ਨਾਲ ਲੜਾਈ ਹੋਈ ਹੈ, ਅਤੇ ਤੇਰੇ ਚਾਚੇ ਦੇ ਅਤੇ ਤੇਰੇ ਚਾਚੇ ਦੇ ਮੁੰਡੇ ਦੇ ਦੋਨਾਂ ਦੇ ਸੱਟਾਂ ਬਹੁਤ ਤਕੜੀਆਂ ਵੱਜੀਆਂ, ਅਤੇ ਕੱਸੀਆਂ ਚੱਲੀ ਹੈਗੀ, ਅਤੇ ਕੱਸੀ ਦੋਨਾਂ ਦੇ ਸਿਰ 'ਚ ਲੱਗੀ ਹੈ, ਸੀਰੀਅਸ ਜ਼ਿਆਦਾ ਹੈਗਾ, ਵੀ ਤੈਨੂੰ ਛੇਤੀਓਂ ਛੇਤੀ ਹਬੋਰ ਸਰਕਾਰੀ ਹੋਸਪਿਟਲ ਦੇ ਵਿੱਚ ਐਮਰਜੈਂਸੀ ਵਾਰਡ ਦੇ ਵਿੱਚ ਪਹੁੰਚਾ। ਇੱਥੇ ਲੈ ਕੇ ਕੌਣ ਆਇਆ ਫਿਰ ਉਹਨਾਂ 'ਤੇ? ਦੋਨਾਂ ਸੱਟਾਂ ਵੱਜੀਆਂ ਇਹਨਾਂ ਨੇ ਜੇ ਮਾਨ ਸਿੰਘ ਲੈ ਕੇ ਆਇਆ ਜੀ। ਅੱਛਾ, ਵੀ ਮੈਂ ਮੌਕੇ 'ਤੇ ਨਹੀਂ ਸੀ ਜੀ, ਲੜਾਈ ਹੋਈ ਸੀ ਜਦੋਂ ਮਾਨ ਸਿੰਘ ਜੀ ਲੈ ਕੇ ਆਇਆ ਜੀ। ਮੈਨੂੰ ਜੀਤ ਰਾਮ ਸਾਈ ਨੇ ਜੀ ਰਿਪੋਰਟ ਦਿੱਤੀ ਹੈ, ਮੈਂ ਉਸ ਟਾਈਮ ਹੀ ਜੀ ਮੋਟਰਸਾਈਕਲ ਚੱਕਿਆ, ਮੈਂ ਇੱਥੇ ਜੀ ਹਬੋਰ ਆਇਆ। ਮਾਮਲਾ ਸ਼ੁਰੂ ਕਿੱਥੋਂ ਹੋਇਆ, ਕੀ ਗੱਲ ਕੀ ਸੀ? ਮਾਮਲਾ ਜੀ ਮੇਰੇ ਸੁਣਨ ਦੇ ਵਿੱਚ ਇਹ ਗੱਲ ਆਈ ਹੈ ਜੀ ਵੀ ਇਹ ਖੇਤ ਦੇ ਵਿੱਚ ਗਏ ਹੈ ਜੀ ਪਾਣੀ ਲਾਉਣ, ਅਤੇ ਇਹ ਪਾਣੀ ਲਾ ਕੇ ਆਪਦੇ ਜੇ ਖੇਤ ਦੇ ਵਿੱਚ ਵਾਪਸ ਆ ਰਹੇ ਸੀ ਜੀ। ਉਹ ਜਿਹੜੇ ਇੱਕ ਕਿੱਲਾ ਮੁੱਲ ਲਿੱਤਾ ਉਹ ਇਹਨਾਂ ਦੀ ਪੇਲੀ ਤੋਂ ਜੀ 6 ਕਿੱਲੇ ਪਾਸੇ ਪੈਂਦੀ ਹੈ, ਅਤੇ ਸੁਣਨ ਦੇ ਵਿੱਚ ਇਹ ਗੱਲ ਆਈ ਹੈ ਜੀ ਜਦੋਂ ਇਹ ਪਾਣੀ ਲਾ ਕੇ ਵਾਪਸ ਮੁੜੇ, ਇਹਨਾਂ ਦੇ ਪਿੱਛੇ ਜੀ 15-16 ਮੁੰਡੇ ਦੱਸਦੇ ਆ ਜੀ, ਅਤੇ ਉਹਨਾਂ ਦੇ ਹੱਥਾਂ 'ਚ ਵੀ ਕੱਸੀ ਸੀ, ਇਹ ਕੁਹਾੜੀਆਂ ਸੀ ਅਤੇ ਸੋਟੀਆਂ ਜੀ, ਅਤੇ ਇਹਨਾਂ ਨੇ ਜੀ ਮੇਰੇ ਚਾਚੇ ਨੂੰ ਬਹੁਤ ਬੇਰਹਿਮੀ ਨਾਲ ਮਾਰਿਆ ਜੀ। ਅਤੇ ਫਿਰ ਦੁਬਾਰੇ ਪੁਲਿਸ ਆਈ ਹੈ, ਪੁਲਿਸ ਨਾਲ ਤਾਂ ਹੋਈ ਹੈ ਤੁਹਾਡੀ ਗੱਲਬਾਤ ਕੋਈ? ਮੈਂ ਜੀ ਪੁਲਿਸ ਨਹੀਂ ਆਈ ਜੀ ਹਲੇ, ਹੁਣ ਜੀ ਥਾਣੇ 'ਚ ਜੇ ਜਾ ਕੇ ਆਏ ਹਾਂ ਅਤੇ ਉਹ ਪੁਲਿਸ ਆ ਰਹੀ ਹੈ ਜਿੱਥੇ ਆਉਣੀ। ਕੀ ਨਾਮ ਹੈ ਬਾਈ ਤੁਹਾਡਾ? ਮਾਨ ਸਿੰਘ ਜੀ। ਅੱਛਾ, ਕੀ ਮਾਮਲਾ ਕੀ ਹੋਇਆ? ਮਾਮਲਾ ਜੀ ਅਸੀਂ ਪਾਣੀ ਲਾਉਣ ਨੂੰ ਗਏ ਕਿਤੇ, ਅਤੇ ਕੱਲ੍ਹ ਅੱਛਾ ਮੰਗਲਵਾਰ ਦੀ ਪਾਣੀ ਵਾਰੀ ਸੀਗੀ 11 ਵਜੇ, ਅਤੇ ਅਸੀਂ ਪਾਣੀ ਲਾ ਕੇ ਵਾਪਸ ਹੱਟੇ, ਇਹਨਾਂ ਨੇ ਜੀ ਹਮਲਾ ਬੋਲਤਾ, ਇਹਨਾਂ ਕੋਲ ਕਹੀਆਂ ਸੀਗੀ, ਕੱਸੀਏ ਸੀਗੇ, ਅਤੇ ਸਾਨੂੰ ਇਰਾਦਾ ਸੀਗਾ ਇਹਨਾਂ ਦਾ ਮਾਰਨ ਦਾ ਜੀ, ਅਤੇ ਅਸੀਂ ਹੁਣ ਜੀ ਪੂਰੀ ਕਾਰਵਾਈ ਸਾਡੀ ਸੁਣਾਈ ਹੋਣੀ ਚਾਹੀਦੀ ਹੈ ਜੀ। ਅੱਛਾ, ਹੁਣ ਕੀ ਕਾਰਵਾਈ ਦੀ ਮੰਗ ਕੀ ਕਰਦੇ ਹੋ? ਕਾਰਵਾਈ ਦੀ ਮੰਗ ਜੀ ਆਹ ਕਰਨੇ ਆ ਬਈ ਪੂਰੀ ਕਾਰਵਾਈ ਹੋਣੀ ਚਾਹੀਦੀ ਹੈ ਇਹਨਾਂ ਦੀ ਜੀ, ਜਿਹੜੀ ਸਖ਼ਤ ਤੋਂ ਸਖ਼ਤ ਕਾਰਵਾਈ ਜੀ ਹੋਣੀ ਚਾਹੀਦੀ ਹੈ। ਅੱਛਾ, ਹੁਣ ਇੱਕ ਬੰਦਾ ਮੌਤ ਵੀ ਕਰ ਗਿਆ? ਹਾਂਜੀ, ਰਾਮ ਕੁਮਾਰ ਜੀ ਦੀ ਸੱਟਾਂ ਕਿਹਦੇ ਵੱਜੀਆਂ? ਰਾਮ ਕੁਮਾਰ ਦੀ ਵੱਜੀ ਜੀ, ਰਾਮ ਕੁਮਾਰ ਦੀ ਡੈਥ ਹੋ ਗਈ, ਅਤੇ ਨਾਗਰਮਲ ਗੰਗਾਨਗਰ ਭਰਤੀ ਹੈਗਾ ਜੀ। ਨਾਗਰਮਲ ਕੌਣ ਹੈ ਜੀ? ਰਾਮ ਕੁਮਾਰ ਦਾ ਪੁੱਤਰ ਹੈ ਜੀ।
ਤੁਸੀਂ ਕੀ ਲੱਗਦੇ ਹੋ ਉਹਦੇ ਰਾਮ ਮੈਂ ਜੀ ਖੇਤਰ ਉਹਦਾ ਕੰਮ ਕਰਨਾ ਜੀ ਅੱਛਾ ਖੇਤੀ ਦਾ ਉਹਦੇ ਅੱਛਾ ਤੇ ਪੁਲਿਸ ਆਈ ਹੈ ਕੋਈ ਕਾਰਵਾਈ ਹੋਈ ਹੈ ਨਹੀਂ ਜੀ ਹਲੇ ਤੱਕ ਕੋਈ ਕਾਰਵਾਈ ਨਹੀਂ ਹੋਈ ਕੋਈ ਸਾਡੀ ਸੁਣਾਈ ਨਹੀਂ ਹੋਈ ਦੂਜੀ ਪਾਰਟੀ ਵਾਲੇ ਕੌਣ ਸੀ ਜਿਨ੍ਹਾਂ ਨੇ ਸੱਟਾਂ ਮਾਰੀਆਂ ਉਹ ਜੀ ਉਹ ਡਾਟੇ ਮਾਰੇ ਸੀਗੇ ਪੂਰੇ ਪਛਾਣ 'ਚ ਸਾਡੇ ਨਹੀਂ ਆਏ ਤੇ ਮੂਹੀ ਬਣਾਈ ਹੈ ਜੀ ਉੱਥੇ ਉਹਦੇ ਵਿੱਚ ਕਈ ਬੰਦੇ ਤੁਸੀਂ ਮੂਵੀ ਬਣਾਈ ਹੈ ਜਦੋਂ ਤੁਹਾਡੇ ਸੱਟਾਂ ਵੱਜਦੀਆਂ ਸੀ ਹਾਂ ਜਦੋਂ ਜੀ ਉਹ ਮੂਵੀ ਬਣੀ ਹੈ ਉਸ ਮੁੰਡੇ ਦੀ ਕਹਿਣ ਦੀ ਹਾਂ ਅੱਛਾ ਕਿਸੇ 'ਤੇ ਸ਼ੱਕ ਹੈਗਾ ਤੁਹਾਨੂੰ ਵੀ ਇਸ ਫਲਾਣੇ ਬੰਦੇ ਨੇ ਕੀਤਾ ਹੋ ਸਕਦਾ ਉਹ ਜੀ ਸਾਰੇ ਲੱਗ ਕੇ ਸਾਰਿਆਂ 'ਤੇ ਸ਼ੱਕ ਹੈਗਾ ਸਾਡਾ ਜੀ ਐਵੇਂ ਜਿਹੜੇ ਨੇ ਸੱਟਾਂ ਮਾਰੀ ਹੈ ਉਹ ਸਾਰੇ 15-16 ਬੰਦੇ ਸੀਗੇ ਕਿਹੜੇ ਕਿਹੜੇ ਸੀ ਕੋਈ ਨਾਂ ਦੱਸ ਸਕਦੇ ਹੋ ਵੀ ਦੋ ਚਾਰ ਜਿਹੜੇ ਆਹ ਨਾਂ ਸੀਗੇ ਉਹ ਜੀ ਖੇਤਰ ਜਿਹੜਾ ਖੇਤਰ ਮੈਂਬਰ ਆਉਂਦਾ ਨਰਿੰਦਰ ਹੈ ਅਤੇ ਸੁਲਿੰਦਰ ਹੈ ਉਹ ਦੋਵਾਂ ਨੂੰ ਪਛਾਣਨੇ ਅਸੀਂ ਬਾਕੀ ਡਾਟੇ ਮਾਰੇ ਸੀਗੇ ਅੱਛਾ ਮਾਮਲਾ ਕੀ ਸੀ ਲੜਾਈ ਹੋਈ ਕਾਹਤੋਂ ਆ ਜੀ ਜ਼ਮੀਨ ਲਿੱਤੀ ਹੈ ਇਹਨਾਂ ਨੇ ਮੋਲ ਜੀ ਰਾਮਕਾਰ ਚਾਂਦੂਰੇ ਨੇ ਅਤੇ ਜ਼ਮੀਨ ਦੇ ਤੀ ਰਜਿਸਟਰੀ ਇਹਨਾਂ ਨੇ ਹੋ ਗਈ ਇੰਤਕਾਲਿਆਂ ਦੇ ਨਾਮ ਹੋ ਗਿਆ ਜੀ ਸਾਰਾ ਕੁਛ ਹੁਣ 10ਵੇਂ ਮਹੀਨੇ 'ਚ ਗਿਰਦਾਵਰੀ ਹੋ ਜਾਣੀ ਹੈ ਅਤੇ ਪੈਸੇ ਦੇ ਤੇ ਅਤੇ ਇਹਨਾਂ ਨੇ ਜੀ ਧੱਕੇ ਨਾਲ ਕਬਜ਼ਾ ਸਾਡਾ ਪਹਿਲਾਂ ਨਰਮਾ ਵੀ ਲੈ ਕੇ ਚੁੱਕ ਗਏ ਧੱਕੇ ਨਾਲ ਵੀ ਉਸਦੀ ਕੰਪਲੇਂਟ ਦਿੱਤੀ ਸੀ ਪੁਲਿਸ ਨੂੰ ਹਾਂ ਦਿੱਤੀ ਹੈ ਜੀ ਉਹਦੇ ਕੋਈ ਕਾਰਵਾਈ ਹਾਂ ਹਾਂ ਹਲੇ ਤੱਕ ਕੋਈ ਕਾਰਵਾਈ ਨਹੀਂ ਹੋਈ ਦੋਸਤੋ ਇਹ ਪੂਰੀ ਰਿਪੋਰਟ ਸੀ ਜੋ ਤੁਹਾਡੇ ਸਾਹਮਣੇ ਪੇਸ਼ ਕੀਤੀ ਗਈ ਹੈ ਇਸ ਬਾਬਤ ਜਦੋਂ DSP ਬੱਲੂਆਣਾ ਅਵਤਾਰ ਸਿੰਘ ਜੀ ਨਾਲ ਗੱਲ ਕੀਤੀ ਗਈ ਤਾਂ ਉਹਨਾਂ ਦਾ ਕਹਿਣਾ ਹੈ ਕਿ ਅਸੀਂ ਕਾਰਵਾਈ ਕਰ ਰਹੇ ਹਾਂ ਪਰਚੇ ਦਰਜ ਕਰਕੇ ਮੁਲਜ਼ਮਾਂ ਨੂੰ ਜਲਦੀ ਤੋਂ ਜਲਦੀ ਅੰਦਰ ਲੈ ਲਿਆ ਜਾਏਗਾ ਸਤਿ ਸ਼੍ਰੀ ਅਕਾਲ ਸਰ ਜੀ ਸਤਿ ਸ਼੍ਰੀ ਅਕਾਲ ਸਾਡਾ TV US ਤੋਂ ਬਲਕੰਦ ਸਿੰਘ ਬੋਲਦੇ ਜੀ ਬੋਲੋ ਜੀ ਸਰ ਇੱਕ ਅਮਰਪੁਰੇ ਕਤਲ ਹੋਇਆ ਜੀ ਲੜਾਈ ਸੀ ਉਹ ਤੇ ਕੀ ਕਾਰਵਾਈ ਹੋ ਰਹੀ ਹੈ ਸਰ ਪਰਚਾ ਦਰਜ ਕਰ ਰਹੀ ਹੈ ਜੀ ਅੱਛਾ ਤੇ ਕਿਹੜੇ ਕਿਹੜੇ ਨਾਂ ਕੋਈ ਹੈਗੇ ਜਾਂ ਫਿਰ ਸਾਰੇ ਅੰਕ ਛਾਤੇ ਹੈ ਜੀ ਪਰਚੇ ਨੂੰ ਬਿਆਨ ਲਿਖੀ ਜਾਂਦੇ ਜੀ ਅੱਛਾ 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 ਠੀਕ ਹੈ ਸਰ ਧੰਨਵਾਦ ਜੀ ਸੋ ਦੋਸਤੋ ਇਹੋ ਜਿਹੀਆਂ ਹੋਰ ਖਬਰਾਂ ਦੇ ਲਈ ਸਾਡਾ TV USA ਨਾਲ ਬਣੇ ਰਹੋ ਧੰਨਵਾਦ